ਸਤਨਾਮ ਸ਼੍ਰੀ ਵਾਖ ਗੁਰੂ ਸਾਹਿਬ ਜੀਓ ਸਲੋਕ ਮਹਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇਕ ਸ਼ਬਦ ਲਿਵਲਾਈ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਿਗੁਰ ਨਾਉ ਨ ਪਾਈਐ ਮੋਝ ਹਉ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰੂ ਮਿਲੈ ਸੁਖ ਪਾਈ ਜੁਗ ਚਾਰ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਦਇਆ ਕੀਤੀ ਹੈ ਜੋ ਪਾਵਨ ਗੁਰਬਾਣੀ ਸ਼ਬਦ ਵਿਚਾਰ ਨਾਲ ਜੁੜਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਗੁਰਮਤਿ ਵਿਚਾਰਾਂ ਦੀ ਅਰੰਭਤਾ ਕਰਨ ਤੋਂ ਪਹਿਲਾਂ ਗੁਰੂ ਫਤਿਹ ਨਾਲ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਨੇ ਪਾਵਨ ਸ਼ਲੋਕ ਸ਼੍ਰਵਣ ਕੀਤਾ ਹੈ ਇਹ ਪਾਵਨ ਸ਼ਲੋਕ ਸੋਰਠ ਕੀ ਵਾਰ ਦੇ ਅੰਦਰ ਦਰਜ ਹੈ ਸੋਰਠ ਕੀ ਵਾਰ ਦੇ ਇਸ ਪਾਵਨ ਵਾਕ ਦੇ ਰਾਹੀ ਇਸ ਹੁਕਮ ਦੇ ਰਾਹੀ ਸੱਭ ਜੀ ਜੀਵ ਨੂੰ ਸਮਝਾਉਂਦਾ ਯਤਨ ਕਰ ਰਹੇ ਹਨ ਕਿ ਰੱਬ ਦੀ ਇਬਾਦਤ ਕੀਤਿਆਂ ਕਿਵੇਂ ਰੱਬ ਮਿਹਰ ਕਰਦਾ ਉਹਨਾਂ ਜੀਵਾਂ ਉੱਤੇ ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਜੀ ਦੀ ਇਬਾਦਤ ਕੀਤੀ ਹੈ ਸੋ ਸਾਹਿਬ ਜੀ ਨੇ ਇਹ ਪਾਵਨ ਵਾਰ ਦੇ ਵਿੱਚ ਜੋ ਪੌੜੀ ਹੈ ਪੌੜੀ ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਹੈ ਵਾਰਾਂ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੁੱਲ 22 ਵਾਰਾਂ ਨੇ ਜਿਨ੍ਹਾਂ ਦੇ ਵਿੱਚੋਂ 21 ਵਾਰਾਂ ਗੁਰੂ ਸਾਹਿਬਾਂ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਨੇ ਇਹਨਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਿਤਨੀਆਂ ਵੀ ਵਾਰਾਂ ਨੇ ਇਹਨਾਂ ਦੇ ਨਾਲ ਸ਼ਲੋਕ ਦਰਜ ਹੋਏ ਨੇ ਬਸੰਤ ਕੀ ਵਾਰ ਦੇ ਅੰਦਰ ਕੇਵਲ ਪਉੜੀਆਂ ਹੀ ਨੇ। RAM ਕਲੀ ਕੀ ਵਾਰ ਭਾਈ ਸੱਤਾ ਤੇ ਭਾਈ ਬਲਵੰਡ ਜੀ ਦੁਆਰਾ ਜੋ ਉਚਾਰਨ ਕੀਤੀ ਹੈ ਉਹਦੇ ਵਿੱਚ ਵੀ ਕੇਵਲ ਪਉੜੀਆਂ ਹੀ ਨੇ। ਬਾਕੀ ਜੋ ਵਾਰਾਂ ਨੇ ਇਹਨਾਂ ਦੇ ਵਿੱਚ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਾਮਸਰ ਸਰੋਵਰ ਦੇ ਕੰਢੇ ਤੇ ਆਦ ਗ੍ਰੰਥ ਦੀ ਸੰਪਾਦਨਾ ਕਰਾਈ ਹੈ ਉਸ ਸਮੇਂ ਦੇ ਵਿੱਚ ਨੇ ਪਾਵਨ ਸ਼ਲੋਕ ਨਾਲ ਦਰਜ ਕੀਤੇ ਗਏ ਨੇ ਹੁਣ ਗੁਰੂ ਮਹਾਰਾਜ ਜੀ ਨੇ ਇਹ ਜਿਹੜੇ ਪਾਵਨ ਵਾਰਾਂ ਨੇ ਇਹਨਾਂ ਦੇ ਵਿੱਚ ਜਿਹੜੇ ਸ਼ਲੋਕ ਦਰਜ ਕੀਤੇ ਨੇ ਹੁਣ ਇਹ ਜਿਹੜੀ ਸੋਰਠ ਕੀ ਵਾਰ ਹੈ ਇਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਉਚਾਰਨ ਹੋਈ ਹੈ ਜਿਆਦਾਤਰ ਇਸ ਵਾਰ ਦੇ ਵਿੱਚ ਜੋ ਸ਼ਲੋਕ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤੇ ਹੋਏ ਨੇ ਸਰਬਜੀ ਨੇ ਇਸ ਪਾਵਨ ਕੇਂਦਰੀ ਭਾਵ ਦੇ ਰਾਹੀਂ ਪੌੜੀ ਦੇ ਵਿੱਚ ਸਰਬਜੀ ਨੇ ਸਾਨੂੰ ਸਮਝਾਇਆ ਹੈ ਕਿ ਧੰਨ ਨੇ ਉਹ ਗੁਰਸਿੱਖ ਪਿਆਰੇ ਜਿਹੜੇ ਆਪਣੇ ਗੁਰੂ ਨੂੰ ਸੇਵਦੇ ਨੇ ਆਪਣੇ ਗੁਰੂ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਨੇ ਉਹ ਸਿੱਖ ਉਹ ਭਗਤ ਜਨ ਉਹ ਸੇਵਕ ਜਨ ਉਹ ਤੰਤਾ ਦੇ ਯੋਗ ਨੇ ਸਲੌਹ ਯੋਗ ਨੇ ਉਹ ਤੇ ਉਹਨਾਂ ਤੋਂ ਮੈਂ ਕੁਰਬਾਨ ਜਾਣਾ ਜਿਹੜੇ ਰੱਬ ਦੀ ਇਬਾਦਤ ਕਰਦੇ ਨੇ ਸਰਬ ਜੀ ਕਿਰਪਾ ਕਰ ਰਹੇ ਹਨ ਇਸ ਪਾਵਨ ਸ਼ਲੋਕ ਦੇ ਰਾਏ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਸ਼ਲੋਕ ਮਹਲਾ 3 ਇਹ ਪਾਵਨ ਸ਼ਲੋਕ ਸਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ ਸਾਬ ਜੀ ਨੇ ਕਿਰਪਾ ਕੀਤੀ ਹੈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸਬਦ ਲਿਓ ਲਾਈ ਜੋ ਮਨੁਖ ਕੇਵਲ ਗੁਰੂ ਨੂੰ ਸਿਮਰਦਾ ਹੈ ਨਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਜੋ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਬ੍ਰਹਮਤ ਪਾਵੋ ਅਕਾਲ ਪੁਰਖ ਪਰਮੇਸ਼ਰ ਜਿਨੇ ਸੰਸਾਰੇ ਸੰਸਾਰ ਦੀ ਸ੍ਰਿਸ਼ਟੀ ਨੂੰ ਬਣਾਇਆ ਜੋ ਪੈਦਾ ਕਰਨ ਵਾਲਾ ਹੈ ਜੋ ਰਿਜਕ ਦੇਣ ਵਾਲਾ ਹੈ ਉਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਗੋਪਾਲ ਹੈ ਜਿਹੜਾ ਗੋਵਿੰਦ ਹੈ ਉਹ ਅਕਾਲ ਪੁਰਖ ਪਰਮੇਸ਼ਰ ਜਿਨੇ ਜਪਜੀ ਸਾਹਿਬ ਜੀ ਦੇ ਅੰਦਰ ਅਸੀਂ ਪੜਦੇ ਹਾਂ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਿਹੜੇ ਅਕਾਲ ਪੁਰਖ ਪਰਮੇਸ਼ਰ ਜੀ ਨੇ ਇਹਨਾਂ ਤਿੰਨਾਂ ਨੂੰ ਥਾਪਿਆ ਹੋਇਆ ਹੈ ਕਿ ਅਸੀਂ ਮੰਨਦੇ ਹਾਂ ਕਿ ਇੱਕ ਜੀਵਨ ਦੇਣ ਵਾਲਾ ਹੈ ਰਿਜਕ ਦੇਣ ਵਾਲਾ ਹੋਰ ਹੈ ਤੇ ਸ਼ਿੰਗਾਰ ਕਰਨ ਵਾਲਾ ਕੋਈ ਹੋਰ ਹੈ ਸਾਬਤ ਕਹਿੰਦੇ ਜੇ ਉਹਨਾਂ ਨੂੰ ਵੀ ਸਜਣ ਵਾਲਾ ਇੱਕ ਅਕਾਲ ਪੁਰਖ ਪਰਮੇਸ਼ਰ ਹੀ ਹੈ ਉਹੀ ਸਾਰਿਆਂ ਨੂੰ ਦੇ ਰਿਹਾ ਹੈ ਜੀਵਨ ਵੀ ਭੋਜਨ ਪਦਾਰਥ ਵੀ ਉਹੀ ਦੇ ਰਿਹਾ ਏ ਤੇ ਸ਼ਿੰਗਾਰ ਵੀ ਉਹੀ ਕਰਦਾ ਹੈ ਜੀਵਨ ਜਿਹਨੇ ਦਿੱਤਾ ਏ ਫਿਰ ਮੌਤ ਵੀ ਉਸੇ ਦੇ ਹੁਕਮ ਦੇ ਅੰਦਰ ਹੀ ਹੈ ਉਹ ਵੀ ਹੁਕਮ ਦੇ ਅੰਦਰ ਵੱਜੀ ਹੋਈ ਜੀਵ ਤੇ ਆਉਂਦੀ ਹੈ ਜਿੰਨਾ ਵੀ ਸੰਸਾਰ ਦਾ ਬ੍ਰਹਿਮੰਡ ਦਾ ਪਸਾਰਾ ਉਪੇਕਾਲ ਪੁਰਖ ਪਰਮੇਸ਼ਰ ਦਾ ਹੈ ਜਿਹੜਾ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜ ਗਿਆ ਜਿਨੇ ਉਹਦੀ ਇਬਾਦਤ ਕੀਤੀ ਹੈ ਜਿਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਜਿਨ ਨੇ ਰੱਬ ਨੂੰ ਚੇਤੇ ਕਰਨਾ ਸ਼ੁਰੂ ਕਰ ਦਿੱਤਾ ਜਿਨ ਨੇ ਰੱਬ ਦੇ ਨਾਲ ਪ੍ਰੀਤ ਪਾ ਲਈ ਹੈ ਸਾਬ ਜੀ ਕਹਿੰਦੇ ਨੇ ਫਿਰ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਉਸ ਬ੍ਰਹਮ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜਿਨ ਨੇ ਲਿਵ ਲਾ ਲਈ ਆਪਣੀ ਤੇ ਫਿਰ ਉਹ ਜੀਵ ਉਸੇ ਦਾ ਹੀ ਰੂਪ ਬਣ ਜਾਂਦਾ ਹੈ ਜੋਤੀ ਜੋਤਰ ਲਈ ਸੰਪੂਰਨ ਠੀਯਾਰਾ ਜਿਵੇਂ ਜਲ ਹੈ ਨਾ ਸਮੁੰਦਰ ਦੀਆਂ ਛੱਲਾਂ ਜਿਹਨੂੰ ਉੱਠਦੀਆਂ ਨੇ ਉਹ ਬੱਕਰੀਆਂ ਪ੍ਰਤੀਤ ਹੁੰਦੀਆਂ ਨੇ ਪਰ ਉਹ ਹੈਗਾ ਉਸੇ ਦਾ ਰੂਪ ਹੈ ਵਿੱਚ ਉਹਦੇ ਸਮਾ ਜਾਂਦੀਆਂ ਨੇ ਪਾਣੀ ਵਕਰਾ ਪ੍ਰਤੀਤ ਹੁੰਦਾ ਏ ਜਦੋਂ ਸਮੁੰਦਰ ਦੇ ਵਿੱਚ ਸਮਾ ਜਾਂਦਾ ਹੈ ਨਾ ਤੇ ਫਿਰ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ ਸੂਰਜ ਦੀਆਂ ਕਿਰਨਾਂ ਧਰਤੀ ਤੋਂ ਵੱਖਰੀਆਂ ਲੱਗਦੀਆਂ ਨੇ ਸੂਰਜ ਤੋਂ ਵੱਖ ਪ੍ਰਤੀਤ ਹੁੰਦੀਆਂ ਨੇ ਪਰ ਉਹ ਸੂਰਜ ਦਾ ਹਿੱਸਾ ਨੇ ਇਸੇ ਤਰ੍ਹਾਂ ਜੋ ਭਗਤ ਜਾਣਨੇ ਸੇਵਕ ਜਾਣਨੇ ਰੱਬ ਦੇ ਉਹ ਹੈ ਤੇ ਰੱਬ ਦਾ ਰੂਪ ਹੀ ਉਹ ਰੱਬ ਦੇ ਪਿਆਰੇ ਨੇ ਪਰ ਕਹਿੰਦੇ ਉਹਨੂੰ ਸਿਮਰ ਸਿਮਰ ਕੇ ਉਹਦਾ ਰੂਪ ਹੋ ਜਾਂਦੇ ਨੇ ਫਿਰ ਉਹਨਾਂ ਦੇ ਨਾਲੋਂ ਕਦੀ ਵੀ ਜੁਦਾ ਨਹੀਂ ਹੁੰਦੇ ਉਹ ਉਸੇ ਦਾ ਹੀ ਰੂਪ ਬਣ ਜਾਂਦੇ ਨੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲੈ ਬੁਲਾਏ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਪਰਮੇਸ਼ਰ ਜੀ ਦੇ ਨਾਲ ਪ੍ਰੀਤ ਪਾਲੀ ਉਹਦੇ ਸ਼ਬਦ ਦੇ ਨਾਲ ਜੁੜ ਗਏ ਜਿਨ੍ਹਾਂ ਸ਼ਬਦ ਨੂੰ ਪਛਾਣ ਲਿਆ ਏ ਉਹ ਉਹਦਾ ਹੀ ਰੂਪ ਬਣ ਕੇ ਹੋ ਗਏ ਨੇ ਨਵ ਨਿੱਦੀ 18 ਸਿੱਧੀ ਪਿਛੈ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਨੌ ਨਦੀਆਂ 18 ਸਦੀਆਂ ਜਿਹਦੇ ਵਿੱਚ ਸਿੱਧ ਜੋਗੀ ਲੋਕ ਘਰਾਂ ਨੂੰ ਛੱਡ ਕੇ ਤੇ ਗ੍ਰਿਤੀ ਜੀਵਨ ਨੂੰ ਛੱਡ ਕੇ ਆਸਣ ਲਾ ਰਹੇ ਨੇ ਪੁੱਠੇ ਲਟਕ ਰਹੇ ਨੇ ਧੂਣੀਆਂ ਤਾਰ ਰਹੇ ਨੇ ਆਪਣੇ ਪਿੰਡਿਆਂ ਉੱਤੇ ਸੁਆਵ ਮਲ ਰਹੇ ਨੇ ਇਹੋ ਜਦੋਂ ਇਹ ਸਿੱਧ ਜੋਗੀ ਲੋਗ ਪਰਬਤਾਂ ਉੱਤੇ ਜਾ ਕੇ ਕੋ ਬਹਿ ਗਿਆ ਕੋਈ ਜਾ ਕੇ ਉਹ ਗੁਫਾਵਾਂ ਦੇ ਵਿੱਚ ਬਹਿ ਗਿਆ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੇ ਚੂੜਕਾਣੇ ਦੀ ਧਰਤੀ ਤੇ ਦਿੱਤਾ ਉਪਦੇਸ਼ ਇਹਨਾਂ ਸਾਧੂ ਜੋਗੀ ਲੋਕਾਂ ਨੂੰ ਪਹਿਲਾ ਉਪਦੇਸ਼ ਦਿੱਤਾ ਫਿਰ ਭਾਈ ਗੁਰਦਾਸ ਜੀ ਸਮਝਾਉਂਦੇ ਨੇ ਕਿ ਸੁਮੇਰ ਪਰਬਤ ਤੇ ਗਏ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਿੱਧਾਂ ਦੇ ਨਾਲ ਵਿਚਾਰ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਨਕ ਮੱਤੇ ਗਏ ਨੇ ਉਥੇ ਵੀ ਜੱਦਾ ਦੇ ਨਾਲ ਜੋਗੀਆਂ ਦੇ ਨਾਲ ਵਿਚਾਰ ਹੋ ਰਹੀ ਹੈ ਫਿਰ ਅਚਲ ਬਟਾਲੇ ਦੇ ਧਰਤੀ ਉੱਤੇ ਸ਼ਿਵਰਾਤਰੀ ਦਾ ਮੇਲਾ ਲੱਗਾ ਉਹ ਗੁਰੂ ਨਾਨਕ ਸਾਹਿਬ ਜੀ ਉਥੇ ਵੀ ਉਪਦੇਸ਼ ਦੇ ਰਹੇ ਨੇ ਉਹਨਾਂ ਨੇ ਉਹ ਲੋਕ ਕਿਉਂ ਸੰਸਾਰ ਦੇ ਨਾਲੋਂ ਵੱਖ ਹੋ ਗਏ ਕਿਉਂ ਰੱਡੀਆਂ ਸੱਡੀਆਂ ਇਹਨਾਂ ਵਾਸਤੇ ਹੀ ਆਪਣਾ ਜਪਤਾਪ ਕਰ ਰਹੇ ਨੇ ਕਿਉਂ ਪਿੰਡੇ ਤੇ ਸਵਾਹ ਮਲ ਰਹੇ ਨੇ ਆਸਨ ਵਿਭੂਤੀਆਂ ਚਾੜ ਰਹੇ ਨੇ ਕਾਰਨ ਕੀ ਹੈ ਕਿ ਉਹ ਕਰਾਮਾਤਾ ਚਾਹੁੰਦੇ ਨੇ कि ਸਾਨੂੰ ਰਿੱਧੀਆਂ ਸਿੱਧੀਆਂ ਜਿਹੜੀਆਂ ਕਰਾ ਮਾਤਾ ਸ਼ਕਤੀਆਂ ਇਹ ਸਾਨੂੰ ਹਾਸਲ ਹੋ ਜਾਣ। ਇਹਦੇ ਵਾਸਤੇ ਭੱਜੇ ਫਿਰਦੇ ਨੇ। ਸਾਬ ਜੀ ਕਹਿੰਦੇ ਨੇ ਆਓ। ਗ੍ਰਿਸ਼ਤੀ ਧਰਮ ਦੇ ਵਿੱਚ ਹੀ ਤੁਹਾਨੂੰ ਇਸ ਦੀ ਪ੍ਰਾਪਤੀ ਹੋ ਜੇਗੀ। ਕਿ ਜਿਹੜੀਆਂ 9 ਨਦੀਆਂ 18 ਸਿੱਧੀਆਂ ਜਿਨ੍ਹਾਂ ਵਾਸਤੇ ਜੋਗੀ ਜਪੀ ਤਪੀ ਇਹ ਸਾਰਾ ਕੁਝ ਛੱਡ ਕੇ ਘਰ-ਵਾਰ ਤੇ ਆ ਕੇ ਬਹਿ ਗਏ ਨੇ ਨਾ ਸਾਬ ਜੀ ਕਹਿੰਦੇ ਨੇ ਇਹ ਸਾਰਾ ਕੁਝ ਤੁਹਾਨੂੰ ਗ੍ਰਿਸ਼ਤ ਦੇ ਵਿੱਚ ਹੀ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਨ ਵਰਤੰਦਾ ਇਹਦੇ ਵਿੱਚ ਹੀ ਤੁਹਾਡਾ ਜਿਹੜਾ ਉਹ ਸੰਕਲਪ ਵਿੱਚ ਉੱਠ ਪੈਂਦਾ ਹੈ। ਇਸ ਸੇਖ ਨੇ ਕਿਰਤ ਕਰਨੀ ਆਪਣੇ ਦਸਾਂ ਨੂਆਂ ਦੀ ਇਹਦੇ ਵਿੱਚ ਉਹ ਪਰਿਵਾਰ ਦੇ ਵਿੱਚ ਹੀ ਰਹਿ ਕੇ ਕਿਰਤ ਵਿਰਤ ਧਰਮ ਦੀ ਕਰਦਾ ਹੋਇਆ ਹੀ ਇਹ ਜਿਹੜੀਆਂ ਜਿਨ੍ਹਾਂ ਵਾਸਤੇ ਜਪ ਤਪ ਵਾਸਤੇ ਤੁਰਿਆ ਫਿਰਦਾ ਸੀ ਨਾ ਜਿਹਦੀ ਪ੍ਰਾਪਤੀ ਵਾਸਤੇ ਤੁਰਿਆ ਫਿਰਦਾ ਸੀ ਉਹ ਪ੍ਰਾਪਤੀ ਕਰੇ ਬੈਠਿਆਂ ਹੋ ਜਾਂਦੀ ਹੈ ਤੇ ਸਬਜੀ ਨੇ ਸਾਨੂੰ ਸਮਝਾਇਆ ਹੈ ਕਿ ਉਹਨਾਂ ਗੁਰਮੁਖ ਪਿਆਰਿਆਂ ਦੇ ਜਿਨ੍ਹਾਂ ਨੇ ਹਿਰਦੇ ਅੰਦਰ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਸਦੀਵ ਕਾਲ ਵਾਸਤੇ ਵਸਾਲਿਆ ਜਿੰਨਾ ਰੱਬ ਨੂੰ ਚੇਤੇ ਰੱਖਿਆ ਏ ਉਹਨਾਂ ਜੀਵਾਂ ਦੇ ਫਿਰ ਇਹ ਜਿਹੜੀਆਂ ਨੌ ਨਦੀਆਂ ਨੇ 18 ਸਿੱਧੀਆਂ ਨੇ ਉਹ ਉਹਨਾਂ ਦੇ ਪਿੱਛੇ-ਪਿੱਛੇ ਤੁਰੀਆਂ ਫਿਰਦੀਆਂ ਨੇ ਬੰਦਾ ਤੇ ਇਹਦੀ ਭਟਕਣਾ ਦੇ ਵਿੱਚ ਆਣਾ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਇਹਨਾਂ ਦੇ ਪਿੱਛੇ ਦੌੜ ਰਿਹਾ ਏ ਕਹਿੰਦੇ ਜਦੋਂ ਰੱਬ ਦਾ ਨਾਮ ਹੀਰਦੇ ਵਿੱਚ ਵਸ ਜਾਵੇ ਫਿਰ ਬੰਦਾ ਜਿਹੜਾ ਗੁਰਮੁਖ ਹੈ ਨਾ ਗੁਰਮੁਖ ਜਨ ਉਹ ਅੱਗੇ-ਅੱਗੇ ਚੱਲਦੇ ਨੇ ਰਿੱਧੀਆਂ ਸਿੱਧੀਆਂ ਜਿਹੜੀਆਂ ਘਰਾ ਮਾਤਾ ਉਹਨਾਂ ਦੀਆਂ ਦਾਸੀਆਂ ਬਣਦੀਆਂ ਨੇ ਮਾਇਆ ਜਿਹੜੀ ਉਹ ਵੀ ਦਾਸੀ ਬਣੀ ਹੈ ਇਹਨਾਂ ਦੀ ਫਿਰ ਸਾਧਗੁਰੂ ਜੀ ਨੇ ਸਾਨੂੰ ਸਮਝਾਇਆ ਏ ਮਾਇਆ ਮਮਤਾ ਜਗਮੋਹਣੀ ਜਿਨ ਵਿੰਦਨ ਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨ ਸੱਚ ਨਾਮ ਚਿਤ ਲਾਇਆ ਇਹ ਮਨਮੁਖਾਂ ਨੂੰ ਖਾਗੀ ਹੈ ਪਰ ਜਿਹੜੇ ਗੁਰਮੁਖ ਨੇ ਉਹ ਉਮਰ ਪੈਂਦੇ ਨੇ ਉਹ ਉੱਚੇ ਉੱਠਦੇ ਨੇ ਇਹਦੇ ਵਿੱਚੋਂ ਸੰਸਾਰ ਕੀ ਹੈ ਇੱਕ ਦਲਦਲ ਹੈ ਚਿੱਕੜ ਹੈ ਨਾ ਤੇ ਕਮਲ ਜਿਹੜਾ ਕਮਲ ਦਾ ਫੁੱਲ ਹੈ ਨਾ ਜਿਹੜੀ ਉਹਦੀ ਬੁੱਟੀ ਹੈ ਉਹ ਚਿੱਕੜ ਦੇ ਵਿੱਚ ਹੀ ਹੈ ਚਿੱਕੜ ਦੇ ਵਿੱਚੋਂ ਉਹ ਉੱਗਦਾ ਹੈ ਤੇ ਉਹ ਉੱਚਾ ਉੱਠਦਾ ਹੈ ਤੇ ਉਹ ਨਰਲੇਪ ਰੈਂਦਾ ਚਿੱਕੜ ਦੇ ਵਿੱਚੋਂ ਜੈਸੇ ਜਲ ਮੇ ਕਮਲ ਨਿਰਾਲਮ ਕਿ ਉਹਦੇ ਉੱਤੇ ਕੋਈ ਸ਼ਿੱਟ ਵੀ ਪੈ ਜਾਵੇ ਤੇ ਉਸੇ ਟਾਈਮ ਉਹਦੇ ਤੋਂ ਜਿਹੜੀ ਉਹ ਡਿੱਗ ਪੈਂਦੀ ਹੈ ਕਿਉਂਕਿ ਉਹ ਕੋਮਲ ਹੈ ਤੇ ਇਹ ਸੰਸਾਰ ਦੇ ਵਿੱਚ ਭਗਤ ਜਨ ਵੀ ਐਸੇ ਹੁੰਦੇ ਨੇ ਕਮਲ ਦੇ ਫੁੱਲ ਦੀ ਨਿਆਈ ਹੁੰਦੇ ਨੇ ਸੰਸਾਰ ਦੇ ਨਾਲ ਤੰδα ਜੁੜੀਆਂ ਨੇ ਪਰ ਉਬਰ ਪੈਂਦੇ ਨੇ ਇੱਕ ਵੱਖਰੇ ਪ੍ਰਤੀਤ ਹੁੰਦੇ ਨੇ ਉਹਨਾਂ ਦੀ ਪਛਾਣ ਵਕਰੀ ਹੈ ਕਿਉਂਕਿ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਦੀ ਚਾਲ ਨਿਰਾਲੀ ਹੈ ਉਹਨਾਂ ਆਪਣੇ ਗੁਰੂ ਦੇ ਹੁਕਮ ਨੂੰ ਮੰਨਿਆ ਹੈ ਬਾਣੇ ਨੂੰ ਮੰਨਿਆ ਹੈ ਉਹ ਮਗਰਮਗਰ ਫਿਰ ਕਹਿੰਦੇ ਨੌ ਨਦੀਆਂ 18 ਸਿੱਧੀਆਂ ਉਹਨਾਂ ਦੇ ਪਿੱਛੇ ਲੱਗਦੀਆਂ ਰਹਿੰਦੀਆਂ ਨੇ ਜਿਹੜੇ ਰੱਬ ਨੂੰ ਹਮੇਸ਼ਾ ਹੀ ਚੇਤੇ ਰੱਖਦੇ ਨੇ ਹਿਰਦੇ ਘਰ ਅੰਦਰ ਵਸਾ ਕੇ ਰੱਖਦੇ ਨੇ ਬਿਨ ਸਤਗੁਰ ਨਾਉ ਨਾ ਪਾਈ ਐ ਉੱਝੋਂ ਕਰ ਵਿਚਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਵਿਚਾਰ ਕਰਕੇ ਦੇਖ ਲਿਆ ਸਮਝੋ ਇਸ ਗੱਲ ਨੂੰ ਬਿਨ ਸਤਿਗੁਰੂ ਨਾਓ ਨਾ ਪਾਈਐ ਉੱਝੋਂ ਕਰ ਵਿਚਾਰ ਆਪਣੇ ਮਨ ਦੇ ਨਾਲ ਵਿਚਾਰ ਕਰਕੇ ਸਮਝ ਕਰਕੇ ਦੇਖ ਲੈ ਕਿ ਕਦੇ ਵੀ ਰੱਬ ਦੇ ਨਾਮ ਤੋਂ ਬਿਨਾਂ ਕੁਝ ਨਹੀਂ ਜੇ ਮਿਲਦਾ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਤੇ ਜਿੰਨਾ ਚਿਰ ਰੱਬ ਦਾ ਨਾਮ ਨਹੀਂ ਹੈ ਤੇ ਫਿਰ ਉਹਨਾਂ ਚਿਰ ਜੀਵਨ ਜਿਹੜਾ ਹੈ ਉਹ ਘੋਰ ਕੁੱਪ ਹਨੇਰਾ ਹੀ ਹੈ ਇਹਦੇ ਵਿੱਚ ਗੁਰੂ ਨੇ ਪ੍ਰਕਾਸ਼ ਕਰਨਾ ਹੈ ਗੁਰੂ ਨੇ ਨਾਮ ਦੇਣਾ ਹੈ ਤੇ ਨਾਮ ਦੀਪਕ ਦੀ ਨਿਆਈ ਹੈ ਜੀਵਨ ਦੇ ਵਿੱਚ ਅਗਿਆਨਤਾ ਰੂਪੀ ਰਾਤ ਹੈ ਹਨੇਰਾ ਹੈ ਇਹਦੇ ਵਿੱਚ ਗੁਰੂ ਨੇ ਕਿਰਪਾ ਕੀਤੀ ਤੇ ਸਾਨੂੰ ਦੀਪਕ ਬਖਸ਼ ਦਿੱਤਾ ਦੀਪਕ ਕੀ ਹੈ ਬਾਣੀ ਸੇਵਾ ਸਿਮਰਨ ਤੇਲ ਜਿਹੜਾ ਦੀਵਾ ਕੱਲਾ ਨਹੀਂ ਜਗਦਾ ਦੀਵੇ ਦੇ ਵਿੱਚ ਤੇਲ ਪਿਆ ਏ ਉਹਦੇ ਵਿੱਚ ਵੱਟੀ ਪਈ ਹੈ ਤੇ ਦੀਵੇ ਦੇ ਵਿੱਚ ਨੂੰ ਤੇਲ ਵੱਟੀ ਪੈ ਗਈ ਤੇ ਫਿਰ ਇਹਨੂੰ ਇੱਕ ਚਿੰਗਾਰੀ ਦੀ ਵੀ ਲੋੜ ਪੈਂਦੀ ਹੈ ਕੱਲਾ ਦੀਵਾ ਕੁਝ ਨਹੀਂ ਹੈ ਸਤਿਗੁਰੂ ਜੀ ਨੇ ਇਹ ਸਾਨੂੰ ਦੀਵਾ ਵੀ ਹੱਥ ਦੇ ਵਿੱਚ ਦਿੱਤਾ ਤੇਲ ਇਹਦੇ ਵਿੱਚ ਹੈ ਤੇ ਵਿੱਚ ਵੱਟੀ ਪਈ ਹੋਈ ਹੈ ਤੇ ਇਹਨੂੰ ਗੁਰੂ ਨੇ ਕਿਰਪਾ ਕੀਤੀ ਇਹਨੂੰ ਚਿੰਗਾਰੀ ਵੀ ਦੇ ਦਿੱਤੀ ਤੇ ਜਗਦਾ ਏ ਜਦੋਂ ਦੀਵਾ ਜਗ ਰਿਹਾ ਏ ਤੇ ਉਦੋਂ ਜਿੱਥੇ-ਜਿੱਥੇ ਵੀ ਜਗੇ ਉਤੋਂ ਹਨੇਰਾ ਖਤਮ ਹੈ ਦੀਵਾ ਬਲੇ ਅੰਧੇਰਾ ਜਾਏ ਜਦੋਂ ਦੀਵਾ ਬਲ ਗਿਆ ਹਨੇਰੇ ਨੇ ਕਦਮ ਹੋ ਜਾਣਾ ਏ ਇਹ ਜ਼ਿੰਦਗੀ ਅਗਿਆਨਤਾ ਰੂਪੀ ਹਨੇਰੇ ਦੇ ਵਿੱਚ ਹੈ ਜਦੋਂ ਗੁਰੂ ਰੂਪੀ ਸੂਰਜ ਨਿਕਲ ਗਿਆ ਜਦੋਂ ਪ੍ਰਕਾਸ਼ ਹੋ ਗਿਆ ਤੇ ਹਨੇਰਾ ਸਾਰਾ ਹੀ ਖਤਮ ਹੋ ਜਾਣਾ ਫਿਰ ਕਿਤੇ ਹਨੇਰਾ ਨਹੀਂ ਰਹਿ ਜਾਣਾ ਤੇ ਇਹ ਭਾਈ ਮਨ ਦੇ ਨਾਲ ਵਿਚਾਰ ਕਰਕੇ ਇਸ ਗੱਲ ਨੂੰ ਸਮਝ ਲੈ ਕਿ ਗੁਰੂ ਤੋਂ ਬਿਨਾ ਬਿਨ ਸਤਿਗੁਰੂ ਨਾਵ ਨਾ ਪਾਈਏ ਗੁਰੂ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੈ ਤੇ ਜਿਨ੍ਹਾਂ ਨਾਮ ਦੇ ਨਾਲ ਨਹੀਂ ਜੁੜੇ ਜਿਨ੍ਹਾਂ ਨਾਮ ਨਹੀਂ ਜਪਿਆ ਫਿਰ ਸਤਿਗੁਰ ਜੀ ਕਹਿੰਦੇ ਨੇ ਉਹਨਾਂ ਦਾ ਤ੍ਰਿਗ ਆਇਆ ਹੈ ਸੰਸਾਰ ਤੇ ਉਫਟ ਕਾਰਨ ਜੋਗ ਲੋਕ ਨੇ ਇਹ ਗੱਲ ਨੂੰ ਆਪਣੇ ਹਿਰਦੇ ਘਰ ਅੰਦਰ ਵਸਾਲਾ ਕਿ ਗੁਰੂ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਨਾਨਕ ਪੂਰੈ ਬਾਗ ਸਤਿਗੁਰੂ ਮਿਲੈ ਸੁਖ ਪਾਏ ਜੁਗ ਚਾਰ ਕਿਹੇ ਭਾਈ ਪੂਰੇ ਭਾਗਾਂ ਨਾਲ ਜਿਸ ਨੂੰ ਗੁਰੂ ਦੀ ਪ੍ਰਾਪਤੀ ਹੋਈ ਗੁਰੂ ਮਿਲ ਗਿਆ ਸਤਿਗੁਰੂ ਮਿਲ ਪਿਆਣਾ ਉਹਨੂੰ ਫਿਰ ਚੌਹ ਜੁਗਾਂ ਦੇ ਵਿੱਚ ਭਾਵ ਦੀ ਸਦੀਵ ਕਾਲ ਵਾਸਤੇ ਉਹ ਜੀਵ ਸੁਖ ਪਾਉਂਦਾ ਹੈ ਫਿਰ ਉਹਨੂੰ ਕਦੇ ਦੁੱਖ ਨਹੀਂ ਲੱਗਦਾ ਅਸੀਂ ਮੰਨਦੇ ਹਾਂ ਕਿ ਜਿਹੜਾ ਸਰੀਰ ਦਾ ਦੁੱਖ ਹੈ ਸ਼ਾਂਤ ਇਹ ਹੀ ਦੁੱਖ ਹੈ ਮਨ ਦੇ ਜਿਹੜੇ ਨੇ ਉਹ ਦੁੱਖ ਨਹੀਂ ਦੁਨੀਆ ਦੇ ਵਿੱਚ ਸਭ ਤੋਂ ਜਿਹੜੇ ਦੁੱਖ ਮੰਨੇ ਗਏ ਨਾ ਸਭ ਤੋਂ ਕਹਿੰਦੇ ਵੱਡਾ ਦੁੱਖ ਮੌਤ ਦਾ ਦੁੱਖ ਹੈ। ਮੌਤ ਦਾ ਦੁੱਖ ਵੱਡਾ ਹੈ। ਤੇ ਮੌਤ ਤੋਂ ਵੀ ਵੱਡਾ ਜੇ ਗੁਰਬਾਣੀ ਨੇ ਦੁੱਖ ਮੰਨਿਆ ਨਾ ਉਹ ਹੈ ਵਿਛੋੜੇ ਦਾ ਦੁੱਖ। ਕਿਉਂਕਿ ਮੌਤ ਮਾਰਦੀ ਹੈ ਬੰਦੇ ਨੂੰ ਇੱਕ ਵਾਰੀ। ਵਿਛੋੜੇ ਦਾ ਦੁੱਖ ਜਿਹੜਾ ਹੈ ਨਾ ਉਹ ਪਲ-ਪਲ ਤੇ ਮਾਰਦਾ ਘੜੀ-ਘੜੀ ਤੇ ਮਾਰਦਾ ਹੈ। ਇਹ ਵਿਛੋੜੇ ਦਾ ਦੁੱਖ ਹੈ ਤੇ ਵਿਛੋੜਾ ਕਿਹਦੇ ਨਾਲੋਂ ਹੈ? ਜੀਵ ਦਾ ਪਰਮੇਸ਼ਰ ਜੀ ਦੇ ਨਾਲੋਂ ਵਿਛੋੜਾ ਹੈ ਇਹ ਵਿਛੋੜਾ ਪਿਆ ਹੋਇਆ ਤੇ ਹਰ ਘੜੀ ਤੇ ਪਿਆ ਹੋਇਆ ਹੈ ਜਿੰਨਾ ਚਿਰ ਮਿਲਦਾ ਨਹੀਂ ਇਹ ਵਿਛੋੜਾ ਜਿਹੜਾ ਇਹ ਦੁੱਖ ਹੈ ਇਹ ਜਾਣਾ ਨਹੀਂ ਜ਼ਿੰਦਗੀ ਦੇ ਵਿੱਚੋਂ ਹੁਣ ਸਰੀਰਕ ਜੇ ਦੁੱਖ ਦੇਖੀਏ ਤੇ ਗੁਰੂ ਪਾਤਸ਼ਾਹ ਜੀ ਨੇ ਆਪ ਆਪਣੇ ਸਰੀਰ ਤੇ ਝੱਲੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਬਾਬਰ ਦਾ ਹਮਲਾ ਆਇਆ ਗੁਰੂ ਪਾਤਸ਼ਾਹ ਜੀ ਆਪ ਉਹਦੀ ਜੇਲ੍ਹ ਦੇ ਵਿੱਚ ਰਹੇ ਨੇ ਬੰਦੀ ਰਹੇ ਨੇ ਗੁਰੂ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਾਰਜੀ ਨੇ ਰੋਗੀਆਂ ਵਾਸਤੇ દવાਖਾਨੇ ਖੋਲੇ ਨੇ ਜੇ ਸੋਕਾ ਪਿਆ ਗੁਰੂ ਪਾਤਸ਼ਾਹ ਜੀ ਨੇ ਖੂਬ ਬਣਾਏ ਨੇ ਬੌਲੀਆਂ ਬਣਾਈਆਂ ਨੇ ਉਸ ਸਿਧਾਂਤ ਸੀ ਕਿ ਸਰੀਰਿਕ ਇੱਕ ਦੁੱਖ ਹੈ ਆਪਣੇ ਸਰੀਰ ਉੱਤੇ ਗੁਰੂ ਪਾਤਸ਼ਾਹ ਜੀ ਨੇ ਤੱਤੀ ਤਵੀ ਤੇ ਬਹਿ ਕੇ ਉਬਲਦੀ ਦੀਗ ਦੇ ਵਿੱਚ ਬੈਠ ਕੇ ਗੁਰੂ ਪਾਤਸ਼ਾਹ ਜੀ ਤੱਤੀ ਰੇਤਾ ਸੀਸ ਦੇ ਵਿੱਚ ਪਵਾ ਗਿਓ ਜਿਹੜਾ ਝੱਲਿਆ ਉਹਨੂੰ ਸਰੀਰਕ ਦੁੱਖ ਹੈ ਪਰ ਜਿਹੜਾ ਮਨ ਹੈ ਉਹ ਕਾਲਪੁਰਖ ਪਰਮੇਸ਼ਰ ਜੀ ਦੇ ਨਾਲ ਜੁੜਿਆ ਆ ਉਹ ਰਤਿਆ ਹੋਈਆਂ ਰੂਹਾਂ ਨੇ 9ਵੇਂ ਪਾਸ਼ਾ ਜੀ ਨੇ ਆਪਣੇ ਸਰੀਰ ਉੱਤੇ ਤਸ਼ੱਦਦ ਚੱਲਿਆ 8ਵੇਂ ਪਾਸ਼ਾ ਜੀ ਚੇਚਕ ਦੀ ਬਿਮਾਰੀ ਦਾ ਇਲਾਜ ਕਰ ਰਹੇ ਨੇ ਸੰਗਤ ਦਾ ਦਿੱਲੀ ਦੀ ਧਰਤੀ ਤੇ ਉਹਦੇ ਵਿੱਚ ਆਗਰਸੇ ਗਏ ਨੇ ਗੁਰੂ ਪਾਸ਼ਾ ਜੀ ਤੇ ਇਹ ਗੁਰੂ ਪਾਸ਼ਾ ਜੀ ਨੇ ਆਪਣੇ ਸਰੀਰ ਉੱਤੇ ਵੀ ਜਿਹੜੇ ਦੁੱਖ ਰੋਗ ਨੇ ਹੋਣ ਢਾਏ ਨੇ ਪਰ ਅੰਦਰ ਜਿਹੜਾ ਨਾ ਅੰਦਰ ਰੱਬ ਦੇ ਨਾਲ ਜੁੜਿਆ ਹੋਇਆ ਤੇ ਸਿੱਖ ਭਾਵੇਂ ਦੇ ਕੋਪਰੀ ਲੈਂਦੀ ਹੋਵੇ ਭਾਵੇਂ ਬੰਦ-ਬੰਦ ਕੱਟਿਆ ਜਾਂਦਾ ਹੋਵੇ ਤੇ ਭਾਵੇਂ ਨੀਹਾਂ ਦੇ ਵਿੱਚ ਖਲੋਤੇ ਨੇ ਤੇ ਭਾਵੇਂ ਜੰਬੂਰਾ ਦੇ ਨਾਲ ਸਰੀਰ ਨੋਚਾ ਜਾ ਰਿਹਾ ਏ ਹੈਗੇ ਤੇ ਤਸ਼ੱਦਤ ਨੇ ਨਾ ਤੇ ਸਰੀਰਿਕ ਦੁੱਖ ਨੂੰ ਇਹ ਦੁੱਖ ਨਹੀਂ ਮੰਨਿਆ ਅੰਦਰੋਂ ਕਿਉਂਕਿ ਤੁਰਾ ਜੁੜਿਆ ਹੋਇਆ ਅੰਦਰ ਸੁੱਖ ਹੈ ਫਿਰ ਅੰਦਰੋਂ ਬਾਣੀ ਚੱਲਦੀ ਹੈ ਅੰਦਰੋਂ ਮਨ ਪੂਰਾ ਜੁੜਿਆ ਹੋਇਆ ਏ ਤੇ ਬਾਹਰ ਦਾ ਜਿਹੜਾ ਤਸ਼ੱਦਤ ਹੈ ਉਹ ਚੱਲ ਰਹੇ ਨੇ ਇਸ ਕਰਕੇ ਇਹਨੂੰ ਮੰਨਿਆ ਗਿਆ ਕਿ ਜਿਹੜਾ ਪ੍ਰਮੇਸ਼ਰ ਪਰਮੇਸ਼ਰ ਜੀ ਦੇ ਨਾਲੋਂ ਰੱਬ ਦੇ ਨਾਲੋਂ ਜਿਹੜਾ ਨਾ ਉਹ ਵਿਛੋੜਾ ਨਾ ਪਵੇ ਇਹ ਵੱਡਾ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਦੁੱਖ ਹੈ ਤੇ ਸਤਿਗੁਰੂ ਜੀ ਨੇ ਸਮਝਾਇਆ ਕਿ ਭਾਈ ਪੂਰੇ ਭਾਗਾਂ ਦੇ ਨਾਲ ਜੇ ਸਤਿਗੁਰੂ ਮਿਲ ਜਾਵੇ ਨਾ ਤੇ ਇਹ ਜਿਹੜਾ ਸਦੀਵ ਕਾਲਵਾਤ ਸੋਖ ਹੈ ਇਹਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਫਿਰ ਜਿਹੜਾ ਦੁੱਖ ਹੈ ਕਦੀ ਇਹ ਮਾਰਦਾ ਨਹੀਂ ਬੰਦੇ ਨੂੰ ਇਸ ਦੀਵ ਕਾਲਵਾਤ ਸੋਖ ਹੈ ਤੇ ਕਦੀ ਜਾਵੇਗਾ ਨਹੀਂ ਕਿਉਂਕਿ ਮਨ ਦਾ ਹੈ ਤਨ ਦਾ ਨਹੀਂ ਹੈ ਤਨ ਦਾ ਸੁੱਖ ਆਇਆ ਤੇ ਚਲਾ ਗਿਆ ਮਾਇਆ ਆਈ ਚਲੇਗੀ ਤੇ ਘਰ ਪਰਿਵਾਰ ਸਾਥ ਸੰਬੰਧੀ ਜੋ ਵੀ ਹੈ ਦੁਨੀਆ ਦੇ ਵਿੱਚ ਕਦੇ ਆਇਆ ਸਾਡੇ ਕੋਲ ਸਾਡੇ ਪਿਓ ਦਾਦਿਆਂ ਦਾ ਸਾਨੂੰ ਮਿਲਿਆ ਸੀ ਉਹਨਾਂ ਨੇ ਕਮਾਇਆ ਸਾਨੂੰ ਮਿਲ ਗਿਆ ਅੱਗੇ ਅਸੀਂ ਇਹਨੂੰ ਹੰਡਾਇਆ ਫੇ ਅੱਗੇ ਸਾਡੇ ਧੀਆਂ ਪੁੱਤਰਾਂ ਦੇ ਕੋਲ ਚੱਲ ਜਾਣਾ ਸਤਿਗੁਰ ਜੀ ਨੇ ਗੁਰਬਾਣੀ ਦੇ ਵਿੱਚ ਸਮਝਾਇਆ ਸਤਿਗੁਰ ਜੀ ਕਹਿੰਦੇ ਨੇ ਇਹਦਾ ਤੇ ਰਖਵਾਲਾ ਕੋਈ ਨਾ ਕੋਈ ਬਣਿਆ ਰਹਿੰਦਾ ਕਿਉਂਕਿ ਮਾਇਆ ਜਿਹੜੀ ਨਾ ਇਹ ਇੱਕ ਜਾਣਾ ਗਿਆ ਤੇ ਦੂਜਾ ਇਹਦੇ ਵਾਸਤੇ ਤਿਆਰ ਹੈ ਪਤੀ ਮਰੈ ਖਸਮ ਮਰੈ ਤੋਂ ਨਾਰ ਨਾ ਹੋਵੇ ਕਹਿੰਦੇ ਖਸਮ ਜਦੋਂ ਮਰ ਜਾਂਦਾ ਨਾ ਤੇ ਜਿਹੜੀ ਨਾਰ ਨਾਰ ਤੋਂ ਮਾਇਆ ਜਿਹੜੀ ਉਹ ਰੋਂਦੀ ਨਹੀਂ ਹੈ ਉਸ ਰਖਵਾਰਾ ਔਰ ਉਹ ਹੋਵੇ ਉਹਦਾ ਰਖਵਾਲਾ ਕੋਈ ਹੋਰ ਹੈ ਇੱਕ ਚਲਾ ਗਿਆ ਫਿਰ ਦੂਸਰਾ ਉਹਦਾ ਰਖਵਾਲਾ ਹੈ ਇਹ ਜਿਹੜੇ ਨੇ ਇਹ ਅਸੀਂ ਇਹਨਾਂ ਨੂੰ ਸੁੱਖ ਮੰਨ ਕੇ ਬੈਠੇ ਆਂ ਸਰੀਰਕ ਸੁੱਖ ਨੇ ਪਰ ਇਹ ਥੋੜੇ ਸਮੇਂ ਦੇ ਸੁੱਖ ਨੇ ਇਹ ਜਿਹੜੇ ਵਿੰਸਨ ਵਾਲੇ ਨੇ ਸਦੀਵ ਕਾਲਵਾ ਤੇ ਸੁਖ ਸਾਨੂੰ ਸਾਡੇ ਗੁਰੂ ਬਖਸ਼ੇਗਾ ਜਦੋਂ ਪੂਰੇ ਸਤਿਗੁਰ ਜੀ ਨੇ ਕਿਰਪਾ ਕੀਤੀ ਸਾਡੇ ਤੇ ਤਰੁਠੇ ਮਿਹਰ ਕੀਤੀ ਮਹੱਲਾ ਤੀਜਾ ਦੂਸਰੇ ਸ਼ਲੋਕ ਦੇ ਵਿੱਚ ਸਾਬ ਜੀ ਕਿਰਪਾ ਕਰ ਰਹੇ ਹਨ ਕਿਆ ਗੱਬਰੂ ਕਿਆ ਬਿਰਦ ਹੈ ਮਨ ਮੁਕ ਤ੍ਰਿਸ਼ਨਾ ਭੁਖ ਨ ਜਾਏ ਸਾਬ ਜੀ ਕਹਿੰਦੇ ਨੇ ਤ੍ਰਿਸ਼ਨਾ ਦੀ ਭੁੱਖ ਐਣਾ ਕਿਸੇ ਜੀਵ ਦੀ ਖਤਮ ਨਹੀਂ ਹੁੰਦੀ ਭਾਵੇਂ ਉਹ ਬੱਚਾ ਹੈ ਭਾਵੇਂ ਜਵਾਨ ਹੈ ਤੇ ਭਾਵੇਂ ਬਜ਼ੁਰਗ ਕਿਸੇ ਦੀ ਜਿਹੜੀ ਮਾਇਆ ਦੀ ਲਾਲਸਾ ਹੈ ਨਾ ਜਿਹੜੀ ਤ੍ਰਿਸ਼ਨਾ ਅੰਦਰ ਲੱਗੀ ਹੋਈ ਹੈ ਇਹ ਕਿਸੇ ਦੀ ਨਹੀਂ बुझਦੀ ਇਹ ਕਿਹਦੀ ਬੁਝਦੀ ਹੈ ਤ੍ਰਿਸ਼ਨਾ ਵਿਰਲੇ ਕੀ ਹੀ 부ਝੀ ਇਹ ਜਿਹੜੀ ਤ੍ਰਿਸ਼ਨਾ ਹੈ ਕਿਸੇ ਵਿਰਲੇ ਮੁਨਕ ਦੀ ਹੀ ਬੁਝਦੀ ਜਿਹਦੇ ਉੱਤੇ ਸਤਿਗੁਰੂ ਤਰਟਣ ਜਿਹਦੇ ਉੱਤੇ ਕਿਰਪਾ ਕਰਨ ਉਹਨਾਂ ਦੀ ਤ੍ਰਿਸ਼ਨਾ ਬੁਝਦੀ ਹੈ ਵੈਸੇ ਜਵਾਨ ਹੋਵੇ ਤੇ ਬੁੱਢਾ ਹੋਵੇ ਕਿਸੇ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਦੂਰ ਨਹੀਂ ਹੁੰਦੀ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ ਸਾਬ ਜੀ ਸਮਝਾ ਰਹੇ ਹਨ ਕਿ ਗੁਰੂ ਜੀ ਦੇ ਰਾਹੀ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਸ਼ਬਦ ਦੇ ਵਿੱਚ ਰਤਿਆ ਗਿਆ ਉਹਦਾ ਮਨ ਜਿਹੜਾ ਉਸ ਸੀਤਲ ਹੋ ਜਾਂਦਾ ਹੈ ਸੀਤਲ ਤੋਂ ਜਿਹੜੀ ਅੰਦਰ ਦੀ ਕੁੜੱਤਣ ਹੈ ਦੁਈ ਦਵੇਸ਼ ਈਰਖਾ ਜਿਹੜੀ ਸਾਰਾ ਅੰਦਰ ਦਾ ਖਤਮ ਹੋ ਜਾਂਦਾ ਹੈ ਕਿਵੇਂ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਸਿਰਫ ਤੋਂ ਸਿਰਫ ਕੇਵਲ ਰੱਬ ਦੇ ਨਾਮ ਦੇ ਨਾਲ ਹੁੰਦਾ ਹੈ ਚੰਦਨ ਚੰਦਨ ਸਰਦਰੁੱਤ ਮੂਲ ਨਾਮਿਤ ਹੀ ਕਾਮ ਸ਼ੀਤਲ ਜੀਵ ਹੈ ਨਾਨਕਾ ਜਪੰਦੜੋ ਹਰ ਨਾਮ ਰੱਬ ਦਾ ਨਾਮ ਜਪਿਆ ਹੀ ਇਹ ਸ਼ੀਤਲ ਤਾਂ ਅੰਦਰ ਵੱਸਦੀ ਹੈ ਬੰਦਾ ਸ਼ਾਂਤ ਹੁੰਦਾ ਹੈ ਅੰਦਰ ਸਬਰ ਸੰਤੋਖ ਆਉਂਦਾ ਹੈ ਮਿੱਠਤ ਜਿਹੜੇ ਗੁਣ ਨੇ ਉਹ ਅੰਦਰ ਆਉਂਦੇ ਨੇ ਫਿਰ ਜਿਹੜਾ ਵਾ ਆਪਣਾ ਆਪ ਮੈਂ ਮੇਰੀ ਨੂੰ ਜੀਵ ਖਤਮ ਕਰ ਲੈਂਦਾ ਹੰਕਾਰ ਜਿਹੜਾ ਏ ਉਹ ਖਤਮ ਹੋ ਜਾਂਦਾ ਅੰਦਰ ਸੰਤੋਖ ਦਾ ਵਾਸਾ ਹੋ ਜਾਂਦਾ ਹੈ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖਣ ਲੱਗ ਆਏ ਸਾਬ ਜੀ ਸਮਝਾ ਰਹੇ ਹਨ ਕਿ ਭਾਈ ਉਹਨਾਂ ਜੀਵਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖਿਆ ਰਹਿੰਦਾ ਹੈ ਸੰਤੋਖਿਆ ਉਹਨਾਂ ਭਾਵ ਕੀ ਸਬਰ ਸੰਤੋਖ ਉਹਨਾਂ ਦੇ ਹਿਰਦੇ ਘਰ ਅੰਦਰ ਵਸ ਜਾਂਦਾ ਹੈ ਕਦੀ ਉਹਨਾਂ ਜੀਵਾਂ ਨੂੰ ਕਦੇ ਮਾਇਆ ਦੀ ਭੁੱਖ ਨਹੀਂ ਪਹੁੰਦੀ ਅੰਦਰੋਂ ਤ੍ਰਿਪਤਾ ਤ੍ਰਿਪਤਾ ਭਾਵ ਰਜ ਗਿਆ ਸੰਤੋਖ ਆ ਗਿਆ ਫਿਰ ਭੁੱਖਣ ਲੱਗੇ ਆਏ ਕਿਸੇ ਪ੍ਰਕਾਰ ਦੀ ਜਿਹੜੀ ਭੁੱਖ ਹੈ ਕੋਈ ਮੰਗ ਹੈ ਉਹ ਰਹਿ ਨਹੀਂ ਜਾਂਦੀ ਕਿੰਨਾਂ ਦੇ ਨਾਨਕ ਜੇ ਗੁਰਮੁਖ ਕਰ ਰਹੇ ਸੋ ਪ੍ਰਵਾਨ ਹੈ ਨਾਮ ਰਹਿ ਲਿਵ ਲਾਇ ਜਿਹੜੇ ਨਾਮ ਦੇ ਵਿੱਚ ਰਤੇ ਗਏ ਨੇ ਉਹ ਜੀਵ ਪ੍ਰਵਾਨ ਨੇ ਉਹ ਧੰਨ ਨੇ ਉਹਨਾਂ ਦਾ ਆਇਆ ਹੋਇਆ ਸੰਸਾਰ ਤੇ ਪ੍ਰਵਾਨ ਹੈ ਜੇ ਜੋ ਨਾਮ ਰਹਿ ਲਿਵ ਲਾਏ ਜਿਨ੍ਹਾਂ ਨੇ ਰੱਬ ਦੇ ਨਾਮ ਦੇ ਨਾਲ ਲਿਵ ਲਾਈ ਹੋਈ ਹੈ ਉਹ ਜੀਵਾਂ ਦਾ ਆਇਆ ਹੋਇਆ ਸੰਸਾਰ ਤੇ ਪ੍ਰਵਾਨ ਹੈ ਪੌੜੀ ਹੁਣ ਦੋ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਨ ਇਹ ਪੌੜੀ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹਨਾਂ ਸਲੋਕਾਂ ਦੇ ਵਿੱਚ ਸਮਝਾਇਆ ਹੈ ਜੀਵਨ ਦਾ ਸਿਧਾਂਤ ਹੁਣ ਚੌਥੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਇਹ ਸਮਝਾ ਰਹੇ ਹਨ ਕਿ ਪਹਿਲਾਂ ਜੀਵ ਨੇ ਰੱਬ ਦਾ ਨਾਮ ਦਿੱਤਾ ਨਾਮ ਜਪਿਆ ਉਹਦੇ ਵਿੱਚ ਲਵਲੀਣ ਹੋ ਗਿਆ ਉਹਦੀ ਸੇਵਾ ਕੀਤੀ ਉਹਦੀ ਭਗਤੀ ਕੀਤੀ ਅੰਦਰ ਸੰਤੋਖ ਆ ਗਿਆ ਹਿਰਦੇ ਕੰਦਰ ਤ੍ਰਿਪਤੀ ਹੋ ਗਈ ਹੈ ਹੁਣ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਹੁਣ ਉਹਨਾਂ ਜੀਵਾਂ ਦੀ ਹਾਲਤ ਕੀ ਹੁੰਦੀ ਹੈ ਜਿਨ੍ਹਾਂ ਨੇ ਮਨਮੁੱਖਾਂ ਤੋਂ ਲੈ ਕੇ ਗੁਰਮੁਖੀਕਰ ਦਾ ਸਫ਼ਰ ਕੀਤਾ ਹੈ ਪਹਿਲਾ ਬੰਦਾ ਮਨਮੁਖ ਸੀ ਮਨਮੁਖ ਤੋਂ ਗੁਰਮੁਖ ਬਣਿਆ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਜੁੜਦਾ ਜੁੜਦਾ ਨਾਮ ਬੰਦਗੀ ਕਰਦਾ ਕਰਦਾ ਉਹ ਗੁਰਮੁਖ ਬਣਿਆ ਜਦੋਂ ਉਹ ਗੁਰਮੁਖ ਬਣ ਗਿਆ ਏ ਫਿਰ ਉਹ ਕੀ ਹੋਰੇ ਕਾਰਜ ਨੇ ਨਿਤ ਦੇ ਤੇ ਕਿਵੇਂ ਦਾ ਉਹਦਾ ਵਿਹਾਰ ਆ ਉਹ ਸਾਹਿਬ ਜੀ ਸਾਨੂੰ ਇਸ ਪਾਵਨ ਪੌੜੀ ਦੇ ਵਿੱਚ ਸਮਝਾ ਰਹੇ ਹਨ ਹੌਂ ਬਲਿਹਾਰੀ ਤਿੰਨ ਕਾ ਜੋ ਗੁਰਮੁਖ ਸਿੱਖਾ ਸਹਿਬ ਜੀ ਕਹਿੰਦੇ ਨੇ ਪਹਿਲਾ ਤੇ ਉਹਦਾ ਸਿਧਾਂਤ ਕੀ ਏ ਹੈ ਕਿ ਜਿਹੜੇ ਗੁਰਮੁਖ ਜਨ ਉਹਨਾਂ ਤੋਂ ਕੁਰਬਾਨ ਜਾਣਾ ਵਾਰਨੇ ਜਾਣਾ ਏ ਪਰ ਉਹਨਾਂ ਦੇ ਵਿੱਚ ਸੱਜਿਹੇ ਗੁਣ ਨੇ ਉਹ ਇਹ ਧਾਰਨ ਹੋ ਗਏ ਨੇ ਉਹਨਾਂ ਗੁਰਮੁਖ ਪਿਆਰਿਆਂ ਦੇ ਜਿਨ੍ਹਾਂ ਨੇ ਇਹ ਸਫ਼ਰ ਨੂੰ ਤੈਅ ਕੀਤਾ ਹੈ ਸਹਿਬ ਜੀ ਸਮਝਾ ਰਹੇ ਹਨ ਜੋ ਸਿੱਖ ਗੁਰੂ ਦੇ ਸਾਹਮਣੇ ਹਨ ਜਿਹੜੇ ਗੁਰੂ ਦੇ ਬਿਲਕੁਲ ਸਾਹਮਣੇ ਨੇ ਗੁਰੂ ਦੀ ਸਿੱਖਿਆ ਨੂੰ ਕਮਾ ਰਹੇ ਨੇ ਜੋ ਹਿਰਦੇ ਘਰ ਅੰਦਰ ਵਸਾਰੇ ਨੇ ਨਾ ਗੁਰਮੁਖ ਸਿੱਖਾ ਜਿਨ੍ਹਾਂ ਦੀ ਸਿੱਖਿਆ ਨੂੰ ਧਾਰਨ ਕੀਤਾ ਆ ਕਹਿੰਦੇ ਨੇ ਉਹ ਗੁਰਮੁਖ ਜਨ ਉਹ ਭਗਤ ਜਨ ਉਹਨਾਂ ਤੋਂ ਮੈਂ ਬਲਹਾਰਨੇ ਜਾਨਾ ਆ ਮੈਂ ਕੁਰਬਾਨ ਜਾਨਾ ਵਾਰਨੇ ਜਾਨਾ ਉਹਨਾਂ ਗੁਰ ਸਿੱਖਾਂ ਤੋਂ ਜਿਹੜੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਨੇ ਕਿਹੜੀ ਸਿੱਖਿਆ ਏ ਗੁਰੂ ਸਤਗੁਰ ਕਾ ਜੋ ਸਿੱਖ ਅਖਾਏ ਸੁਭਲ ਕੇ ਉਠਹਰ ਨਾਮ ਧਿਆਵੈ ਉਦਮ ਕਰੇ ਪਲਕੇ ਪਰਭਾਤੀ ਇਸ ਨਾਨਕ ਰਐ ਅਮਰਤ ਸਰਨ ਆਵੈ ਫਿਰ ਚੜਐ ਦਿਵਸ ਗੁਰਬਾਣੀ ਗਾਵੈ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਓਹੀ ਗੁਰਸਿੱਖਾਂ ਦੀ ਕਿਰਿਆ ਹੈ ਇਹ ਗੁਰੂ ਦੀ ਸਿੱਖਿਆ ਹੈ ਇਹਨਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਇਸ ਸਿੱਖਿਆ ਨੂੰ ਧਾਰਨ ਕੀਤਾ ਹੈ ਫਿਰ ਸਹਿਬ ਜੀ ਸਮਝਾਉਂਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਜਿਹੜੇ ਆਪ ਬੰਦਗੀ ਕਰਦੇ ਨੇ ਹੋਰਨ ਬੰਦਗੀ ਕਰਨ ਵਾਸਤੇ ਪ੍ਰੇਰਿਤ ਕਰਦੇ ਨੇ ਜੋ ਆਪ ਤੇ ਨਾਮ ਜਪਦੇ ਨੇ ਹੋਰਨ ਨਾਮ ਜਪਾਉਂਦੇ ਨੇ ਮੈਂ ਐਸੇ ਗੁਰਸਿੱਖਾਂ ਤੋਂ ਬੁਲਹਾਰ ਜਾਨਣਾ ਇਹ ਹੈ ਗੁਰੂ ਦੀ ਸਿੱਖਿਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਧਾਰਨ ਕੀਤੀ ਹੋਈ ਹੈ ਦੂਸਰਾ ਸਹਿਬ ਜੀ ਗੁਣ ਦੱਸ ਰਹੇ ਨੇ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਧਿਆਇਆ ਹਿਰਦੇ ਘਰ ਦੇ ਵਿੱਚ ਵਸਾ ਲਿਆ ਜਿਨ੍ਹਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਨੇ ਨਾ ਤੇ ਨਾ ਦਰਸ਼ਨ ਪਿੱਖਾਂ ਜਿਨ੍ਹਾਂ ਨੇ ਰੱਬ ਦੀ ਇਬਾਦਤ ਕਰਕੇ ਜੋ ਹਰੀ ਦਾ ਨਾਮ ਜਿਨ੍ਹਾਂ ਨੇ ਧਿਆਇਆ ਮੈਂ ਉਹਨਾਂ ਦੇ ਦਰਸ਼ਨ ਕਰਾਂ ਮੇਰੀ ਸੰਗਤ ਕਿਹਨਾਂ ਦੇ ਨਾਲ ਹੋਵੇ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਹੋਵੇ ਜਿਨ੍ਹਾਂ ਨੇ ਗੁਰੂ ਨੂੰ ਦੇਖ ਲਿਆ ਜਿਨ੍ਹਾਂ ਨੇ ਗੁਰੂ ਨੂੰ ਪਾਲਿਆ ਤੇ ਮੈਂ ਅੱਗੇ ਉਹਨਾਂ ਦੇ ਦਰਸ਼ਨ ਕਰਾਂ ਉਹਨਾਂ ਦੀ ਸੰਗਤ ਵਿੱਚ ਬੈਠਾ 마ੜਿਆਂ ਦੀ ਸੰਗਤ ਹੈ ਤੇ 마ੜੇ ਬਣਾਂਗੇ ਚੰਗਿਆਂ ਦੀ ਸੰਗਤ ਹੈ ਤੇ ਚੰਗੇ ਬਣਾਂਗੇ ਇਸ ਕਰਕੇ ਮੈਂ ਕਿਉਂ ਨਾ ਉਹਨਾਂ ਦੀ ਸੰਗਤ ਕਰਾਂ ਕਿਉਂ ਨਾ ਮੈਂ ਉਹਨਾਂ ਨੂੰ ਦੇਖਾਂ ਜਿਨ੍ਹਾਂ ਨੇ ਰੱਬ ਨੂੰ ਦੇਖਿਆ ਜਿਨ੍ਹਾਂ ਰੱਬ ਦਾ ਨਾਮ ਤੇ ਆਇਆ ਜਿਨ੍ਹਾਂ ਰੱਬ ਦੀ ਇਬਾਦਤ ਕੀਤੀ ਹੈ ਮੈਂ ਉਹਨਾਂ ਜੀਵਾਂ ਦੇ ਕੋਲ ਬੈਠਾ ਉਹਨਾਂ ਦਾ ਸੰਗ ਕਰਾਂ ਉਹਨਾਂ ਨੂੰ ਹੀ ਵੇਖਾਂ ਮੈਂ ਉਹਨਾਂ ਦੇ ਦਰਸ਼ਨ ਕਰਾਂ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਸਭ ਜੀ ਸਮਝਾ ਰਹੇ ਹਨ ਕਿ ਭਾਈ ਜਿਹਦੇ ਵਿੱਚ ਇਹ ਤੀਸਰਾ ਗੁਣ ਆ ਗਿਆ ਨਾ ਕਿ ਕੀਰਤਨ ਨੂੰ ਵੀ ਸੁਣਦਾ ਹੈ ਜਿਹੜਾ ਰੱਬ ਦੇ ਗੁਣਾ ਨੂੰ ਗਾ ਰਿਹਾ ਹੈ ਤੇ ਉਹਨਾਂ ਦੀ ਸਿਫਤ ਸਲਾਹ ਮਨ ਦੇ ਵਿੱਚ ਪੁਕਰ ਲਵਾ ਵਸਾ ਲਵਾ ਸੁਣ ਕੀਰਤਨ ਉਹਨਾਂ ਪਾਸੋਂ ਹਰੀ ਦਾ ਕੀਰਤਨ ਉਹਦੀ ਸਿਫਤ ਸਲਾਹ ਸੁਣਾ ਹਰ ਗੁਣ ਰਵਾ ਉਦੇ ਗੁਣ ਦੇ ਵਿੱਚ ਹਮੇਸ਼ਾ ਹੀ ਰਤਿਆ ਰਵਾਂ ਉਹਦੇ ਗੁਣਾਂ ਨੂੰ ਗਾਵਾਂ ਹਰ ਜਸ ਮਨ ਲਿਖਾਂ ਹਰੀ ਦਾ ਜਸ ਮੈਂ ਆਪਣੇ ਮਨ ਤੇ ਉਕਰ ਲਵਾਂ ਇਹ ਕਿਵੇਂ ਆ ਇਹ ਸਹਿਬ ਜੀ ਕਹਿੰਦੇ ਨੇ ਉਦੋਂ ਹੋਣਾ ਹੈ ਜਦੋਂ ਅਸੀਂ ਨਿਮਾਣੇ ਹੋ ਜਾਵਾਂਗੇ ਹੋਏ ਨਿਮਾਣੀ ਟਹਿ ਪਵਾਂ ਜਦੋਂ ਨਿਮਾਣਾ ਜਾ ਹੋ ਕੇ ਦਵਾਰੇ ਉੱਤੇ ਟਹਿ ਪਵੇਗਾ ਉਦੋਂ ਇਹ ਜਿਹੜੇ ਆ ਇਹ ਗੁਣ ਤੇਰੇ ਅੰਦਰ ਆਉਣੇ ਕਿ ਮੈਂ ਰੱਬ ਦੀ ਸਿੱਖਤ ਸਲਾਹ ਨੂੰ ਸੁਣਾ ਵੀ ਉਦੇ ਗੁਣਾਂ ਨੂੰ ਗਾਵਾਂ ਵੀ ਤੇ ਉਹਦੀ ਸਿਵਤ ਸਲਾਹ ਨੂੰ ਲਿਖਾਂ ਵੀ ਸੁਣਨਾ ਗਾਉਣਾ ਤੇ ਲਿਖਣਾ ਇਹ ਸਿਵਤ ਸਲਾਹ ਵਾਲੇ ਜਿਹੜੇ ਗੁਣ ਨੇ ਇਹ ਰੱਬ ਦੇ ਅੰਦਰ ਹੋਣ ਤਨ ਤਨ ਸੁਹਾਵਾ ਸੋ ਸਰੀਰ ਹੈ ਦਿੱਤੈ ਮੇਰਾ ਗੁਰੂ ਧਰੇ ਵਿਖਾ ਉਹ ਜਿਹੜਾ ਸਰੀਰ ਹੈ ਉਹ ਤਨ ਹੈ ਜਿੱਥੇ ਮੇਰਾ ਪਿਆਰਾ ਸਤਗੁਰੂ ਆ ਕੇ ਵੱਸਦਾ ਹੈ ਉਹ ਤਨ ਹੈ ਉਹ ਤੰਤਾਂ ਦੇ ਜੋਗ ਹੈ ਸਲੌਣ ਜੋਗ ਉਹ ਸਰੀਰ ਹੈ ਜਿੱਥੇ ਜਾਏ ਬਹੇ ਮੇਰਾ ਸਤ ਕਰੂ ਸੋ ਥਾਨ ਸੁਹਾਵਾ RAM ਰਾਜੇ ਉਹ ਜਿੱਥੇ ਜਿੱਥੇ ਵੀ ਮੇਰੇ ਗੁਰੂ ਦਾ ਵਾਸਾ ਹੈ ਉਹ ਜਿਹੜੀ ਧਰਤੀ ਹੈ ਉਹ ਸਲੌਣ ਜੋਗ ਹੋ ਜਾਂਦੀ ਹੈ ਉਹ ਹਰੀ ਭਰੀ ਹੋ ਜਾਂਦੀ ਹੈ ਇਸ ਕਰਕੇ ਸਾਬ ਜੀ ਨੇ ਸਮਝਾਇਆ ਕਿ ਭਾਈ ਉਹ ਸਰੀਰ ਤਨ ਤਨ ਕਰਕੇ ਵੀ ਤੇ ਮਨ ਕਰਕੇ ਵੀ ਉਹ ਸੁਹਾਵਾ ਸੋਹਣਾ ਚੰਗਾ ਉਹ ਸਰੀਰ ਹੈ ਥਾਨ ਹੈ ਜਿੱਥੇ ਮੇਰਾ ਗੁਰੂ ਜਿਹੜਾ ਹੈ ਉਹ ਆ ਕੇ ਵਸਦਾ ਹੈ ਜਿਸ ਹਿਰਦੇ ਘਰ ਅੰਦਰ ਉਹ ਧਨ ਹੈ ਧੰਤਾ ਦੇ ਜੋਗ ਹੈ ਸਲਾਉਣ ਜੋਗ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਰਹਿਮਤ ਦਇਆ ਕੀਤੀ ਹੈ ਇਸ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਸਾਨੂੰ ਸਤਿਗੁਰ ਜੀ ਨੇ ਇਸ ਭਾਗ ਸਮਾ ਬਖਸ਼ਿਸ਼ ਕੀਤਾ ਹੈ ਆਪਣੇ ਜੀਵਨ ਅੰਦਰ ਇਹ ਸਤਗੁਣਾ ਨੂੰ ਧਾਰਨ ਕਰੀਏ ਜਿਹੜੇ ਮਾੜੇ ਸਾਨੂੰ ਦੁੱਖ ਲੱਗਦੇ ਨੇ ਨਾ ਮਾੜੇ ਜੀ ਕੋਈ ਬਿਮਾਰੀ ਲੱਗ ਗਈ ਕੋਈ ਰੋਗ ਲੱਗ ਗਿਆ ਗੁਰੂ ਦਾ ਪੱਲਾ ਛੱਡ ਦਿੰਨੇ ਆ ਗੁਰਮੰਗ ਪਿਆਰਿਓ ਉਹ ਤਵਾ ਦੀਕ ਦੇ ਪੰਨੇ ਚੇਤੇ ਕਰਿਆ ਕਰੀਏ ਕਿ ਆਤ ਦੀ ਗਰਮੀ ਦੇ ਵਿੱਚ ਵੀ ਤੱਤੀ ਤਵੀਤੇ ਨੇ ਤੇ ਜੇ ਠੰਡ ਦੀ ਗੱਲ ਕਰੀਏ ਤੇ ਠੰਡੇ ਬੁਰਜ ਦੇ ਵਿੱਚ ਵੀ ਉਹ ਠੰਡ ਨੂੰ ਹੰਡਾ ਰਹੇ ਨੇ ਨੀਹਾਂ ਦੇ ਵਿੱਚ ਖੜੇ ਨੇ ਤੇ ਅਸੀਂ ਉਸ ਸਮੇਂ ਚੇਤੇ ਕਰ ਲਿਆ ਕਰੀਏ ਉਹ ਸਮਾਂ ਚੇਤੇ ਕਰਿਆ ਕਰੀਏ ਜਦੋਂ ਖੋਪਰ ਸਿਰ ਤੋਂ ਲੱਥਾ ਤੇ 22 ਦਿਨ ਬਿਨਾਂ ਖੋਪਰ ਤੋਂ ਪਾਈ ਤਾਰੂ ਸਿੰਘ ਜੀ ਜਿਉਂਦੇ ਨੇ ਉਹ ਸਮੇਂ ਚੇਤੇ ਕਰੀਏ ਜਦੋਂ ਬੰਦ-ਬੰਦ ਕਟਿਆ ਗਿਆ ਹੈ ਇਹ ਜਿਹੜੇ ਦੁੱਖ ਨੇ ਬਿਮਾਰੀਆਂ ਨੇ ਇਹ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਸਾਡਾ ਹੀ ਇਹ ਦੇਣ ਹੁੰਦੀ ਹੈ ਜਿਹੋ ਜਾਂ ਅਸੀਂ ਵਾਤਾਵਰਣ ਸਿਰਜਦੇ ਹਾਂ ਉਹ ਜਿਹੜੇ ਸਾਡੇ ਸਰੀਰ ਨੂੰ ਰੋਗ ਲੱਗਦੇ ਨੇ ਸੋ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੋਹਲਾ ਬਣਾਇਆ ਕਰੀਏ ਗੁਰੂ ਦਾ ਆਸਰਾ ਨਾ ਛੱਡਿਆ ਕਰੀਏ ਕਿਉਂਕਿ ਗੁਰੂ ਨੇ ਕਿਰਪਾ ਕਰਨੀ ਹੈ ਸਾਨੂੰ ਤੰਦਰੁਸਤੀ ਗੁਰੂ ਨੇ ਬਖਸ਼ਿਸ਼ ਕਰਨੀ ਹੈ ਇਹ ਜੋ ਸਾਡੇ ਜੀਵਨ ਜਿਹੜਾ ਮਨ ਹੈ ਨਾ ਜਿਹੜਾ ਅੰਦਰੋਂ ਮਨ ਹੈ ਇਹ ਗੁਰੂ ਦੇ ਨਾਲ ਰੱਤਿਆ ਰਹੇ ਗੁਰੂ ਦੇ ਨਾਲ ਜੁੜਿਆ ਰਹੇ ਇਹ ਅਸੀਂ ਗੁਰੂ ਦੇ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਜੋਦੜੀ ਕਰਨੀ ਹੈ ਸੋ ਧੰਨਵਾਦ ਹੈ ਇੱਕ ਬਾਣੀ ਚੈਨਲ ਦਾ ਜਿਨ੍ਹਾਂ ਦੇ ਇਸ ਉਪਰਾਲਾ ਸਦਕਾ ਆਪ ਜੀ ਘਰਾਂ ਦੇ ਵਿੱਚ ਬੈਠੇ ਬਾਣੀ ਦਾ ਆਨੰਦ ਮਾਣ ਰਹੇ ਹੋ ਕੋਟਾਣ ਕੋਟ ਸ਼ੁਕਰਾਨਾ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਜੀ ਦਾ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮੁਆਫ ਕਰਨੀਆਂ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ